ਜੀ ਬਿਲਕੁਲ, ਇਸ ਵਾਰੀ ਸਾਡਾ ਏਜੰਡਾ ਹੈਗਾ 70 ਪਾਰ। ਸੋ ਇਹਨੂੰ ਹੋਰ ਨੈਕਸਟ ਲੈਵਲ 'ਤੇ ਲੈ ਕੇ ਜਾਣ ਲਈ ਬੀ ਐੱਲ ਓਜ਼ ਨੂੰ ਮੋਟੀਵੇਟ ਕਰਨ ਲਈ 5,000 ਰੁਪਏ ਇਨਾਮ ਦਿੱਤਾ ਜਾਏਗਾ ਉਹਨਾਂ ਬੀ ਐੱਲ ਓਜ਼ ਨੂੰ ਜਿਹੜਾ ਆਪਣੇ ਏਰੀਆ 'ਚ 70 ਪਾਰ ਵੋਟਿੰਗ ਕਰਵਾ ਦੇਣਗੇ। ਈਵੀਐੱਮ ਮਸ਼ੀਨਾਂ ਵੰਡੀਆਂ ਜਾ ਰਹੀਆਂ ਨੇ ਅਤੇ ਕੁਝ ਘੰਟੇ ਬਚੇ ਨੇ ਚੋਣਾਂ ਸ਼ੁਰੂ ਹੋਣ 'ਚ, ਵੋਟਿੰਗ ਸ਼ੁਰੂ ਹੋਣ 'ਚ ਕੁਝ ਕੁ ਘੰਟੇ ਬਚੇ ਨੇ। ਪ੍ਰਸ਼ਾਸਨ ਵੱਲੋਂ ਤਿਆਰੀ ਮੁਕੰਮਲ ਕਰ ਲਈ ਗਈ ਹੈ, ਕੀ ਤਿਆਰੀਆਂ ਨੇ ਜਾਂ ਕੀ ਪ੍ਰਬੰਧ ਕੀਤੇ ਗਏ ਨੇ ਜਿਹੜੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ, ਇਹਦੇ ਲਈ ਪ੍ਰਸ਼ਾਸਨ ਨੇ ਕੀ ਕੀਤਾ? ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਹੈ SDM ਬਟਾਲਾ ਮੈਡਮ ਸ਼ੈਰੀ ਭੰਡਾਰੀ ਜੀ। ਸਾਡੇ ਕੋਲ ਟੋਟਲ 201 ਬੂਥ ਨੇ, ਉਹਦੇ 'ਚੋਂ 24 ਜਿਹੜੇ ਸਾਡੇ ਕ੍ਰਿਟੀਕਲ ਨੇ, ਜਿਹੜੇ 24 ਕ੍ਰਿਟੀਕਲ ਨੇ ਉਹਨਾਂ ਦੀ 6 ਲੋਕੇਸ਼ਨਸ ਬਣਦੀਆਂ ਨੇ, ਅਦਰਵਾਈਜ਼ 62 ਸਾਡੇ ਵਲਨਰੇਬਲ ਨੇ ਉਹਨਾਂ ਦੀ 33 ਲੋਕੇਸ਼ਨਸ ਬਣਦੀਆਂ ਨੇ। ਜਿਹੜੇ ਸਾਡੇ ਕ੍ਰਿਟੀਕਲ ਅਤੇ ਵਲਨਰੇਬਲ ਨੇ ਉੱਥੇ ਇੱਕ ਸੈਕਸ਼ਨ ਆਫ ਪੁਲਿਸ ਫੋਰਸ ਹੋਏਗੀ, ਚਾਹੇ ਪੈਰਾਮਿਲਟਰੀ ਹੋਣ, ਟੋਟਲ 8 ਬੰਦੇ ਹੋਣਗੇ। ਜਿਹੜੇ ਸਾਡੀ ਨੋਰਮਲ ਹੈਗੇ ਉੱਥੇ ਹਾਫ ਸੈਕਸ਼ਨ ਹੋਏਗੀ, 4 ਮੁਲਾਜ਼ਮ ਹੋਣਗੇ। ਜਿਹੜਾ ਪੋਲਿੰਗ ਸਟੇਸ਼ਨ ਹੈ ਐਟਲੀਸਟ ਉਹਦੇ 100 ਮੀਟਰ ਦੇ ਦਾਇਰੇ ਅੰਦਰ ਇਟ ਵਿਲ ਨੋਟ ਬੀ ਪਰਮਿਟਿਡ, ਵਹੀਕਲਸ ਵਿਲ ਨੋਟ ਬੀ ਪਰਮਿਟਿਡ। ਸਾਡੇ ਵਲੰਟੀਅਰਸ ਉੱਥੇ ਮੌਜੂਦ ਰਹਿਣਗੇ ਜਿਹੜੇ ਕਿ ਪੋਲੀਟੀਕਲੀ ਨਿਊਟਰਲ ਵਲੰਟੀਅਰਸ ਹੋਣਗੇ, ਕਿਸੇ ਨੂੰ ਕਿਸੇ ਤਰੀਕੇ ਦੀ ਸਹਾਇਤਾ ਚਾਹੀਦੀ ਹੈਗੀ ਹੈ ਉਹਨਾਂ ਨੂੰ ਮਿਲੂਗੀ। ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਵਾਂਗੀ ਕਿ ਉੱਥੇ ਅਸੀਂ ਵੀਲਚੇਅਰਸ ਵੀ ਪ੍ਰੋਵਾਈਡ ਕੀਤੀਆਂ ਹੋਈਆਂ ਫੋਰ ਦੀ PWD ਵੋਟਰਸ, ਸੋ ਦੋਸ ਕਾਇੰਡ ਆਫ ਅਸਿਸਟੈਂਸਿਸ ਵਿਲ ਬੀ ਅਵੇਲੇਬਲ ਟੂ ਯੂ। ਜੀ ਸਾਡੇ ਜਿਹੜੇ ਪ੍ਰਿਜ਼ਾਈਡਿੰਗ ਅਫਸਰਾਂ ਨੇ, ਅਸੀਂ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਉਹਨਾਂ ਕੋਲ ਮੈਜਿਸਟੇਰੀਅਲ ਪਾਵਰਸ ਹੈਗੀਆਂ। ਜੇ ਕਿਤੇ ਕੋਈ ਵੀ ਇੱਦਾਂ ਦੀ ਕੋਈ ਤੁਹਾਨੂੰ ਲੱਗਦਾ ਹੈ ਕਿ ਸਾਡੇ ਬੂਥ ਵਿੱਚ ਆ ਰਿਹਾ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਸੋ ਇੰਨਾ ਫੋਰਸ ਹੈਗੀ ਹੈ ਸਾਡੇ ਪ੍ਰਿਜ਼ਾਈਡਿੰਗ ਆਫਿਸਰਸ ਕੋਲ, ਸਾਡੇ ਨੰਬਰ ਹੈਗੇ, ਇਮੀਡੀਏਟਲੀ ਐਕਸ਼ਨ ਉਹਨਾਂ 'ਤੇ ਲਿੱਤਾ ਜਾਏਗਾ। ਅਦਰਵਾਈਜ਼ ਸਾਡੀ ਰਾਊਂਡ ਸਾਰਾ ਦਿਨ ਚੱਲਦੇ ਰਹਿਣਗੇ, ਸਾਡੀ ਪੁਲਿਸ ਫੋਰਸ ਉੱਥੇ ਮੌਜੂਦ ਹੋਏਗੀ। ਇਹਦੇ ਲਈ ਅਸੀਂ ਮੋਰਨਿੰਗ 'ਚ ਹੀ ਸਾਡੇ ਜਿਹੜੇ ਸੈਕਟਰ ਆਫਿਸਰਸ ਨੇ ਉਹਨਾਂ ਦੇ ਵਹੀਕਲਸ ਵਿੱਚ GPR ਇੰਸਟਾਲ ਕਰਵਾ ਦਿੱਤਾ ਗਿਆ ਹੈ, ਸੋ ਉਹ ਜਿਹੜੇ ਹੈਗੇ ਉਹਨਾਂ ਦੇ ਵਹੀਕਲ ਵਿੱਚ ਹੀ EVM ਰੱਖੀਆਂ ਜਾਣਗੀਆਂ, ਨਾਲ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਏਗੀ ਸੋ ਦੈਟ ਵਿਦ ਇਨ 0 ਰਿਸਪੋਂਸ ਟਾਈਮ ਉਹ ਉੱਥੇ ਪਹੁੰਚ ਕੇ ਉਹਨੂੰ ਰਿਪਲੇਸ ਕਰਵਾ ਸਕਣ। ਸਾਡੀ ਵੈਬ ਕਾਸਟਿੰਗ ਜਿਹੜੀ ਹੈ 100% ਬੂਥਾਂ 'ਤੇ ਚੱਲ ਰਹੀ ਹੈਗੀ ਹੈ, ਇਹਦੇ ਕੰਟਰੋਲ ਰੂਮ ਆਪਣੇ RO ਆਫਿਸ ਵੀ ਹੈਗੇ ਹੈ, ਈਵਨ CO ਲੈਵਲ 'ਤੇ ਉਹਨੂੰ ਅਬਜ਼ਰਵ ਕੀਤਾ ਜਾ ਰਿਹਾ। ਜੀ ਬਿਲਕੁਲ, ਇਸ ਵਾਰੀ ਸਾਡਾ ਏਜੰਡਾ ਹੈਗਾ 70 ਪਾਰ, ਸੋ ਇਹਨੂੰ ਹੋਰ ਨੈਕਸਟ ਲੈਵਲ 'ਤੇ ਲੈ ਕੇ ਜਾਣ ਲਈ ਬੀ ਐੱਲ ਓਜ਼ ਨੂੰ ਮੋਟੀਵੇਟ ਕਰਨ ਲਈ 5,000 ਰੁਪਏ ਇਨਾਮ ਦਿੱਤਾ ਜਾਏਗਾ ਉਹਨਾਂ ਬੀ ਐੱਲ ਓਜ਼ ਨੂੰ ਜਿਹੜਾ ਆਪਣੇ ਏਰੀਆ 'ਚ 70 ਪਾਰ ਵੋਟਿੰਗ ਕਰਵਾ ਦੇਣਗੇ। SDM ਬਟਾਲਾ ਨੇ ਜਾਣਕਾਰੀ ਦਿੱਤੀ ਹੈ ਕਿ 201 ਬੂਥ ਨੇ ਜਿਨ੍ਹਾਂ 'ਚ ਸੈਂਸਟਿਵ ਵੈਰੀ ਸੈਂਸਟਿਵ ਬੂਥ ਜਿਹੜੇ ਨੇ ਉਹਨਾਂ ਦੇ ਖਾਸ ਪ੍ਰਬੰਧ ਕੀਤੇ ਗਏ ਆ। ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸ ਵੀ ਮੌਜੂਦ ਰਹੇਗੀ। ਅਗਰ EVM ਮਸ਼ੀਨ ਖਰਾਬ ਹੋ ਜਾਂਦੀ ਆ ਤਾਂ 0 ਮਿੰਟ ਦੇ ਵਿੱਚ ਕਹਿੰਦੇ ਉੱਥੇ ਨਵੀਂ ਵਹੀਕਲ ਆਏਗੀ ਔਰ ਉੱਥੇ ਆ ਕੇ EVM ਮਸ਼ੀਨ ਇੰਸਟਾਲ ਕਰ ਦੇਗੀ। CCTV ਕੈਮਰੇ 100% ਇੰਸਟਾਲ ਕਰ ਦਿੱਤੇ ਗਏ ਨੇ, ਚਾਲੂ ਨੇ, ਔਰ ਉਹਦਾ ਜਿਹੜਾ ਕੰਟਰੋਲ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਹੀ ਰਹੇਗਾ। ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ, ਇਸ ਲਈ ਸਿਵਲ ਪ੍ਰਸ਼ਾਸਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕੈਮਰਾਮੈਨ ਬੰਟੀ ਦੇ ਨਾਲ ਔਨ ਏਅਰ ਲਈ ਨਿਤਿਨ ਲੂਥਰਾ ਬਟਾਲਾ।